ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਬਹੁਤ ਬਹੁਤ ਤੁਹਾਡਾ ਰਿਣੀ ਹਾਂ, ਧੰਨਵਾਦੀ ਹਾਂ। ਮੈਂ ਅੱਜ ਮੋਗਾ ਅਤੇ ਜਲੰਧਰ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਜਾ ਰਿਹਾ ਔਰ ਤੁਸੀਂ ਮੈਨੂੰ ਅਜੇ ਆਪਣਾ ਪ੍ਰੋਗਰਾਮ ਔਰ ਸਭ ਦਾ ਕੋਈ ਬਣਿਆ ਨਹੀਂ, ਚਲੋ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਰੁਕਾਂ। ਸੋ ਅੱਜ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ, ਅਸੀਂ ਤਾਨਾਸ਼ਾਹੀਆਂ ਦੇ ਵਿਰੁੱਧ ਅੱਜ ਵੀ ਲੜ ਰਹੇ ਹਾਂ। ਅਰਵਿੰਦ ਕੇਜਰੀਵਾਲ ਜੀ ਨੂੰ ਚੱਕ ਕੇ ਅੰਦਰ ਕਰਤਾ, ਮਨੀਸ਼ ਸਿਸੋਦੀਆ ਜੀ ਨੂੰ ਅੰਦਰ ਕਰਤਾ, ਸੰਜੇ ਸਿੰਘ ਜੀ ਨੂੰ ਅੰਦਰ ਕਰਤਾ, ਚਲੋ ਜਮਾਨਤ ਹੋ ਗਈ। ਸੋ ਇਹ ਸੱਚ ਨੂੰ ਦੱਬ ਤਾਂ ਸਕਦੇ ਹੋ ਪਰ ਸੱਚ ਮਰਦਾ ਨਹੀਂ ਹੁੰਦਾ। ਸੋ ਇਸ ਕਰਕੇ ਆਪਾਂ ਨੇ ਇਸ ਗੱਲ ਦਾ ਵਿਰੋਧ ਵੀ ਕਰਨਾ ਕਿ ਭਾਈ ਸਾਨੂੰ ਵੀ ਹੱਕ ਹੈ ਵੋਟਾਂ ਮੰਗਣ ਦਾ, ਸਾਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ, ਉਹਨਾਂ ਨੂੰ ਵੀ ਹੱਕ ਹੈ। ਅੱਗੇ ਲੋਕਾਂ 'ਤੇ ਛੱਡ ਦਿਉ ਕਿ ਉਹਨਾਂ ਨੂੰ ਕੌਣ ਸੱਚਾ ਲੱਗਦਾ ਕੌਣ ਝੂਠਾ ਲੱਗਦਾ, ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੁੰਦਾ। ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ 'ਚ ਇੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ ਔਰ ਸ਼ਹੀਦਾਂ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ। ਮੈਨੂੰ ਲੱਗਦਾ ਪਰਮਾਤਮਾ ਆਪ ਮਿਹਰ ਕਰੂਗਾ ਔਰ ਆਪਾਂ ਕਿਸੇ ਧਰਮ ਦੇ ਨਾਂ 'ਤੇ, ਜਾਤ ਦੇ ਨਾਂ 'ਤੇ ਕੋਈ ਰਾਜਨੀਤੀ ਨਹੀਂ ਕਰਨੀ। ਆਪਾਂ ਸਕੂਲ ਸ਼ਾਨਦਾਰ ਬਣਾ ਤੇ, ਆਪਾਂ ਹਸਪਤਾਲ ਚੰਗੇ ਬਣਾਏ ਜਾਂਦੇ ਹਾਂ, ਆਮ ਆਦਮੀ ਕਲੀਨਿਕ ਖੁੱਲ ਗਏ, ਬਿਜਲੀ ਫ੍ਰੀ ਹੋ ਗਈ, ਨੌਕਰੀਆਂ ਮਿਲ ਰਹੀਆਂ ਨੇ, ਨਾਲ ਜਿੱਥੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਵਿਆਹ ਕੰਮ ਲੋਕਾਂ ਦੇ ਫਾਇਦੇ ਦਾ ਉਹ ਵੀ ਕਰਦੇ ਹਾਂ। ਪਰ ਮੈਂ ਕੋਈ ਵੀ ਇਹੋ ਜਿਹੀ ਫਾਇਲ ਸਾਈਨ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ 'ਤੇ ਇੱਕ ਪੈਸੇ ਦਾ ਵੀ ਭਾਰ ਪੈਂਦਾ ਹੋਵੇ, ਅਤੇ ਇਹੋ ਜਿਹੀ ਫਾਇਲ ਮੈਂ ਛੱਡਦਾ ਨਹੀਂ ਜਿਹਦੇ ਨਾਲ ਲੀਡਰ ਦੀ ਜੇਬ 'ਚੋਂ ਪੈਸੇ ਨਿਕਲਦੇ ਹੋਣ ਜਿਹੜੇ ਪੁਰਾਣੇ ਲੁੱਟੇ। ਕੱਸੀਆਂ ਦਾ ਪਾਣੀ, ਨਹਿਰਾਂ ਦਾ ਪਾਣੀ, ਖੇਤ ਖੇਤ ਪਹੁੰਚਾਉਣ ਦੀ ਮੁਹਿੰਮ ਚੱਲ ਰਹੀ ਹੈ। ਬਿਜਲੀ ਆਉਂਦੀ ਤਾਂ ਹੈ 24 ਘੰਟੇ ਖੇਤਾਂ ਵਾਲੀ ਵੀ, ਪਰ ਮੈਂ ਕਿਹਾ ਵੀ ਬਾਕੀ ਸਾਰੇ ਦਫ਼ਤਰ ਤਾਂ ਦਿਨੇ ਖੁੱਲਦੇ ਨੇ, ਕਿਸਾਨੀ ਵਾਲਾ ਦਫ਼ਤਰ ਜਿਹੜਾ ਇਹ ਰਾਤ ਨੂੰ ਕਿਉਂ ਖੁੱਲਦਾ ਹੈ? ਰਾਤ ਦੇ 1:30 ਵਜੇ ਬਿਜਲੀ ਆ ਗਈ ਨਾ ਪਹਿਲਾਂ ਸੌ ਸਕਦਾ, ਜ਼ਿਮੀਦਾਰ ਨਾ ਬਾਅਦ 'ਚ ਸੌ ਸਕਦਾ। ਅਸੀਂ ਕਿਹਾ ਵੀ ਦਿਨੇ ਬਿਜਲੀ ਦਿਓ। ਮੈਨੂੰ ਬਹੁਤ ਸਾਰੇ ਕਿਸਾਨ ਮਿਲੇ ਕਹਿੰਦੇ ਜੀ ਨਜ਼ਾਰਾ ਆ ਗਿਆ, ਕਣਕ ਸਾਰੀ ਪਲ ਗਈ, ਹੁਣ ਤਾਂ ਵੱਜਣ ਬਾੜੀਆਂ ਦੇ ਨੇੜੇ ਆ। ਇੱਕ ਦਿਨ ਵੀ ਅਸੀਂ ਰਾਤ ਨੂੰ ਨਹੀਂ ਗਏ ਖੇਤ, ਦਿਨੇ ਅਸੀਂ ਆਪਣੀ ਕਣਕ ਜਿਹੜੀ ਹੈ ਬਿਜਲੀ ਤਾਂ ਇੰਨੀ ਆਈ ਹੈ। ਸੋ ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਹਾਂ, ਇੱਦਾਂ ਹੀ ਰਵਾਂਗੇ। CYSS ਵਾਲੇ ਮੁੰਡੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਯੂਥ ਹੈ, ਇਹਨਾਂ ਨੂੰ ਉਮੀਦ ਹੈ, ਇਹ ਯੂਥ ਨੂੰ ਉਮੀਦ ਹੈ ਕਿ ਇੱਥੇ ਕੁਛ ਕਹੂਗਾ ਤੇ ਇੱਥੇ ਹੀ ਕਰਨਾ। ਆਪਾਂ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ, ਆਪਾਂ ਇੱਥੇ ਆਪਦਾ ਘਰ ਹੀ ਠੀਕ ਕਰਾਂਗੇ। ਗੁਰੂਆਂ ਪੀਰਾਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ, ਹੈ ਇਹ ਸਾਡੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ, ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ, ਇੱਥੇ ਧਰਤੀ ਨੂੰ ਇਸ ਨੂੰ ਠੀਕ ਕਰਾਂਗੇ। ਪਰ ਉਹ ਮੈਂ ਇਕੱਲਾ ਨਹੀਂ ਕਰ ਸਕਦਾ, ਉਹਦੇ ਵਾਸਤੇ ਤੁਹਾਨੂੰ ਮੇਰਾ ਜਿਵੇਂ ਤੁਸੀਂ ਸਾਥ ਦੇ ਰਹੇ ਹੋ ਉਸ ਤਰ੍ਹਾਂ ਸਾਥ ਜਾਰੀ ਰੱਖਣਾ ਪੈਣਾ। ਆਹ 13-0 ਕਰ ਦਿਓ, ਉਹ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ। ਉਹ ਤੋਂ ਬਾਅਦ ਜਿਹੜੇ ਥੋੜਾ ਥੋੜਾ ਬਹੁਤ ਸਹਿਕ ਦੇ ਜਿਹੜੇ ਇਹਨਾਂ ਨੂੰ ਦੱਸ ਦਿਓ, ਜਿਹੜੇ ਜ਼ਹਿਰ ਜੀ ਕੋਲ ਜਿਹੜੇ ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਹੈ ਕਿ ਬਿਜਲੀ ਆਉਂਦੀ ਆਉਂਦੀ ਹੈ, ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਣਕ ਪੱਕ ਗਈ, ਪੂਰੀ ਕਣਕ, ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਅਸੀਂ, ਘਰੇ ਪਰਿਵਾਰ ਨਾਲ ਆਪਣਾ ਟਾਈਮ ਤੇ ਸੌਂ ਗਏ। ਸੋ ਵੀ ਚੱਲਦੀ ਹੈ, 24 ਘੰਟੇ ਚੱਲਦੀ ਹੈ ਜੀ, ਸਾਰਿਆਂ ਨੂੰ ਪਤਾ ਹੈ। ਖਰੀਦ ਲਿਆ, ਹੁਣ ਇੰਡਸਟਰੀ ਨੂੰ ਵੀ ਬਿਜਲੀ ਸਸਤੀ ਦੇਵਾਂਗੇ, ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਿਲਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ, ਉਹ ਤੁਹਾਡੇ ਘਰਾਂ 'ਚ ਪਹੁੰਚਣ ਲੱਗ ਗਿਆ।
ਉਹ ਤੁਹਾਡੇ ਘਰ ਪਹੁੰਚ ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਤੀ ਕਿ ਕਿੰਨੇ ਵਜੇ ਤੁਹਾਡੇ ਤੋਂ ਕੋਈ ਸਰਟੀਫਿਕੇਟ ਬਣਾਉਣਾ ਤੁਸੀਂ ਕਾਗਜ਼ ਪੱਤਰ ਹਾਂਜੀ ਉਹ ਨੀ ਕੋਈ ਏਦਾਂ ਦਾ ਕੰਮ ਨੀ ਹੋਊਗਾ ਕੋਈ ਏਦਾਂ ਦੀ ਫਾਈਲ ਮੈਂ ਸਾਈਨ ਨੀ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ ਹਾਂ ਇਹੋ ਜਿਹੀ ਫਾਈਲ ਮੈਂ ਕੋਈ ਛੱਡਦਾ ਨੀ ਜਿਹਦੇ ਨਾਲ ਲੀਡਰਾਂ ਦੀ ਜੇਬ ਚੋਂ ਜਿਹੜਾ ਥੋੜਾ ਲੁੱਟਿਆ ਹੋਇਆ ਪੈਸਾ ਨਿਕਲਦਾ ਹੋਵੇ ਸੋ ਕੱਸੀਆਂ ਦਾ ਪਾਣੀ ਉਹ ਪੁਰਾਣੀਆਂ 25-25 ਸਾਲ 30-30 ਸਾਲ ਜਿਹੜੀਆਂ ਪੁਰਾਣੀਆਂ ਕੱਸੀਆਂ ਸੂਏ ਰਜਵਾਹੇ ਬੰਦ ਹੋ ਗਏ ਸੀ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ ਅੱਜ ਟਿਊਬਵੈਲ ਜਿਹੜੇ ਨੇ ਉਹ ਘੱਟ ਚੱਲਦੇ ਨੇ ਨਹਿਰ ਦੇ ਪਾਣੀ ਨਾਲ ਜਿਹੜਾ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ ਹਰ ਰੋਜ਼ 12-13 ਕਿਲੋਮੀਟਰ ਪਾਈਪਾਂ ਪੈ ਰਹੀਆਂ ਨੇ ਹਰ ਰੋਜ਼ ਐਵਰੇਜ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾਇਮ ਕਰ ਦੇਣਾ ਪੰਜਾਬ ਚ ਜੋ ਟਿਊਬਵੈਲ ਖੜ ਗਏ 14.5 ਲੱਖ ਟਿਊਬਵੈਲ ਪੰਜਾਬ ਚ ਤਾਂ ਥੱਲੋਂ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੀ ਉਹਦੇ ਤੇ ਵੀ ਥੋੜਾ ਜਿਹਾ ਪਹਿਰਾ ਦੇਵਾਂਗੇ ਤੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਉਪਜਾਊ ਸ਼ਕਤੀ ਵਾਲਾ ਪਾਣੀ ਹੈ ਉਹ ਚ ਮਿਨਰਲ ਤਾਂ ਆਉਂਦੇ ਨੇ ਹਨਾ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਹਾਂ ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲ ਹੀ ਜਾਓ ਪਰ ਹਾਂ ਜਿਨ੍ਹਾਂ ਨੇ ਖਾਧਾ ਉਹਨਾਂ ਦਾ ਮੈਂ ਪੈਸਾ ਵੀ ਨੀ ਛੱਡਦਾ ਔਰ ਜਨਤਾ ਦਾ ਖਾਧਾ ਪੈਸਾ ਵਾਪਸ ਲੈ ਕੇ ਜਨਤਾ ਦਾ ਖਾਧਾ ਹੋਇਆ ਪੈਸਾ ਵਾਪਸ ਲਿਆ ਕੇ ਜਨਤਾ ਦਾ ਖਾਧਾ ਹੋਇਆ ਪੈਸਾ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਆਮ ਆਦਮੀ ਕਲੀਨਿਕ ਖੋਲਾਂਗੇ ਸਕੂਲ ਸ਼ਾਨਦਾਰ ਹੋ ਗਏ ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨੀ ਮਿਲਦੀਆਂ ਅੰਦਰੋਂ ਹੀ ਮਿਲਣਗੀਆਂ ਜੇ ਕੋਈ ਦਵਾਈ ਹੈ ਨੀ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨੀ ਜਾਊਗਾ ਬਾਹਰ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ ਅਰਵਿੰਦ ਕੇਜਰੀਵਾਲ ਨੂੰ ਤਾਂ ਗ੍ਰਿਫ਼ਤਾਰ ਕਰ ਲਉਂਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ ਉਹਨਾਂ ਦੇ ਨਾਲ ਖੜਾਂਗੇ ਚਟਾਨ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਟ ਦਾ ਸਮਾਂ ਵਫ਼ਾਦਾਰੀਆਂ ਪਰਖ ਦਿੰਦਾ ਤੁਸੀਂ ਇੰਨੀ ਭਾਰੀ ਗਿਣਤੀ ਚ ਨਾਲ ਖੜੇ ਹੋ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ 2024 ਦੀ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਦੇ ਵਿਚ ਪਹਿਲਾ ਭਾਸ਼ਣ ਇੱਥੋਂ ਸ਼ੁਰੂ ਕੀਤਾ ਚੰਗੌਰ ਸਾਹਿਬ ਦੀ ਆਉਣ ਵਾਲੇ ਦਿਨਾਂ ਦੇ ਵਿਚ ਤੁਹਾਡਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹੀ ਤੁਸੀਂ ਮੈਨੂੰ ਹੱਥ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਕੋਈ ਨੀ ਧੱਕਾ ਕਰ ਸਕਦੇ ਤੁਹਾਡਾ ਹੱਕ ਆਉਣ ਵਾਲੇ ਦਿਨਾਂ ਚ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣਾ ਕੋਈ ਸਮੱਸਿਆਵਾਂ ਸੁਝਾਅ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਤੇ ਕਿਉਂਕਿ ਜਦੋਂ 13 ਦੀਆਂ 13 ਆ ਗਈਆਂ ਨਾ ਉਹਦੇ ਨਾਲ ਸ਼ਕਤੀ ਇੰਨੀ ਵੱਧ ਜੂਗੀ ਕਿ ਸੈਂਟਰ ਦੀ ਮਜਾਲ ਨੀ ਹੈਗੀ ਕਿ ਇੱਕ ਪੈਸਾ ਵੀ ਪੰਜਾਬ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਉਹਦੇ ਲਈ ਮੈਂ ਬਹੁਤ ਬਹੁਤ ਤੁਹਾਡਾ ਰਿਣੀ ਆ ਧੰਨਵਾਦ ਦੀ ਆ ਮੈਂ ਅੱਜ ਮੋਗਾ ਤੇ ਜਲੰਧਰ ਦੇ ਵਿੱਚ ਪਾਰਟੀ ਦਾ ਪ੍ਰਚਾਰ ਕਰਨ ਲਈ ਜਾ ਰਿਹਾ ਔਰ ਤੁਸੀਂ ਮੈਨੂੰ ਹਜੇ ਆਪਣਾ ਪ੍ਰੋਗਰਾਮ ਔਰ ਸਭ ਦਾ ਕੋਈ ਬਣਿਆ ਨਹੀਂ ਚਲੋ ਤੁਸੀਂ ਮੈਨੂੰ ਹੱਥ ਦਿੱਤਾ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਰੁਕਾਂ ਸੋ ਅੱਜ ਅਸੀਂ ਭ੍ਰਿਸ਼ਟਾਚਾਰ ਦੇ ਵਿਰੁੱਧ ਅਸੀਂ ਤਾਨਾਸ਼ਾਹੀਆਂ ਦੇ ਵਿਰੁੱਧ ਅੱਜ ਵੀ ਲੜ ਰਹੇ ਹਾਂ ਅਰਵਿੰਦ ਕੇਜਰੀਵਾਲ ਜੀ ਨੂੰ ਚੱਕ ਕੇ ਅੰਦਰ ਕਰਤਾ ਮਨੀਸ਼ ਸਿਸੋਦੀਆ ਜੀ ਨੂੰ ਅੰਦਰ ਕਰਤਾ ਸੰਜੇ ਸਿੰਘ ਜੀ ਨੂੰ ਅੰਦਰ ਕਰਤਾ ਚਲੋ ਜਵਾਨਤ ਹੋ ਗਈ ਸੋ ਇਹ ਸੱਚ ਨੂੰ ਦੱਬ ਤਾਂ ਸਕਦੇ ਹੋ ਪਰ ਸੱਚ ਮਰਦਾ ਨਹੀਂ ਹੁੰਦਾ ਸੋ ਇਸ ਕਰਕੇ
ਆਪਾਂ ਨੇ ਇਸ ਗੱਲ ਦਾ ਵਿਰੋਧ ਵੀ ਕਰਨਾ ਕਿ ਭਾਈ ਸਾਨੂੰ ਵੀ ਹੱਕ ਹੈ ਵੋਟਾਂ ਮੰਗਣ ਦਾ, ਸਾਨੂੰ ਵੀ ਹੱਕ ਹੈ ਪ੍ਰਚਾਰ ਕਰਨ ਦਾ, ਉਹਨਾਂ ਨੂੰ ਵੀ ਹੱਕ ਹੈ। ਅੱਗੇ ਲੋਕਾਂ ਤੇ ਛੱਡ ਦੋ ਕਿ ਉਹਨਾਂ ਨੂੰ ਕੌਣ ਸੱਚਾ ਲੱਗਦਾ ਕੌਣ ਝੂਠਾ ਲੱਗਦਾ, ਕਿਉਂਕਿ ਲੋਕ ਨੇ ਲੋਕਾਂ ਨੂੰ ਸਭ ਪਤਾ ਹੁੰਦਾ। ਸੋ ਅੱਜ ਤੁਹਾਡਾ ਇੰਨੀ ਭਾਰੀ ਗਿਣਤੀ ਚ ਇੱਥੇ ਇਕੱਠੇ ਹੋਣ ਦਾ ਮੈਨੂੰ ਬਹੁਤ ਖੁਸ਼ੀ ਹੋਈ ਹੈ, ਔਰ ਸ਼ਹੀਦਾਂ ਦੀ ਧਰਤੀ ਤੋਂ ਸ਼ੁਰੂਆਤ ਹੋ ਰਹੀ ਹੈ। ਮੈਨੂੰ ਲੱਗਦਾ ਪਰਮਾਤਮਾ ਆਪ ਮਿਹਰ ਕਰੂਗਾ, ਔਰ ਆਪਾਂ ਕਿਸੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਕੋਈ ਰਾਜਨੀਤੀ ਨਹੀਂ ਕਰਨੀ। ਆਪਾਂ ਸਕੂਲ ਸ਼ਾਨਦਾਰ ਬਣਾ ਤੇ, ਆਪਾਂ ਹਸਪਤਾਲ ਚੰਗੇ ਬਣਾਈ ਜਾਂਦੇ ਹਾਂ, ਆਮ ਆਦਮੀ ਕਲੀਨਿਕ ਖੁੱਲ ਗਏ, ਬਿਜਲੀ ਫ੍ਰੀ ਹੋ ਗਈ, ਨੌਕਰੀਆਂ ਮਿਲ ਰਹੀਆਂ ਨੇ, ਨਾਲ ਜਿੱਥੇ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਵਿਆਹ ਕੰਮ ਲੋਕਾਂ ਦੇ ਫਾਇਦੇ ਦਾ ਉਹ ਵੀ ਕਰਦੇ ਹਾਂ। ਪਰ ਮੈਂ ਕੋਈ ਵੀ ਇਹੋ ਜਿਹੀ ਫਾਇਲ ਸਾਈਨ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਭਾਰ ਪੈਂਦਾ ਹੋਵੇ, ਤੇ ਇਹੋ ਜਿਹੀ ਫਾਇਲ ਮੈਂ ਛੱਡਦਾ ਨਹੀਂ ਜਿਹਦੇ ਨਾਲ ਲੀਡਰ ਦੀ ਜੇਬ ਚੋਂ ਪੈਸੇ ਨਿਕਲਦੇ ਹੋਣ ਜਿਹੜੇ ਪੁਰਾਣੇ ਲੁੱਟੇ। ਕੱਸੀਆਂ ਦਾ ਪਾਣੀ, ਨਹਿਰਾਂ ਦਾ ਪਾਣੀ ਖੇਤ ਖੇਤ ਪਹੁੰਚਾਉਣ ਦੀ ਮੁਹਿੰਮ ਚੱਲ ਰਹੀ ਹੈ। ਬਿਜਲੀ ਆਉਂਦੀ ਤਾਂ ਹੈ 24 ਘੰਟੇ ਖੇਤਾਂ ਵਾਲੀ ਵੀ, ਪਰ ਮੈਂ ਕਿਹਾ ਵੀ ਬਾਕੀ ਸਾਰੇ ਦਫ਼ਤਰ ਤਾਂ ਦਿਨੀ ਖੁੱਲਦੇ ਨੇ, ਇਹ ਕਿਸਾਨੀ ਵਾਲਾ ਦਫ਼ਤਰ ਜਿਹੜਾ ਇਹ ਰਾਤ ਨੂੰ ਕਿਉਂ ਖੁੱਲਦਾ ਹੈ? ਰਾਤ ਦੇ 1:30 ਵਜੇ ਬਿਜਲੀ ਆਊਗੀ ਨਾ, ਪਹਿਲਾਂ ਸੌ ਸਕਦਾ ਹੈ ਜ਼ਿਮੀਦਾਰ ਨਾ ਬਾਅਦ ਚ ਸੌ ਸਕਦਾ ਹੈ। ਅਸੀਂ ਕਿਹਾ ਵੀ ਦਿਨੇ ਬਿਜਲੀ ਦਿਓ, ਮੈਨੂੰ ਬਹੁਤ ਸਾਰੇ ਕਿਸਾਨ ਮਿਲੇ ਕਹਿੰਦੇ ਜੀ ਨਜ਼ਾਰਾ ਆ ਗਿਆ, ਕਣਕ ਸਾਰੀ ਪਲ ਗਈ, ਹੁਣ ਤਾਂ ਵੱਜਣ ਵਾਢੀਆਂ ਦੇ ਨੇੜੇ ਆ। ਇੱਕ ਦਿਨ ਵੀ ਅਸੀਂ ਰਾਤ ਨੂੰ ਨਹੀਂ ਗਏ ਖੇਤ, ਦਿਨੇ ਅਸੀਂ ਆਪਣੀ ਕਣਕ ਜਿਹੜੀ ਹੈ ਬਿਜਲੀ ਤਾਂ ਇੰਨੀ ਆਈ ਹੈ। ਸੋ ਅਸੀਂ ਤੁਹਾਡੇ ਨਾਲ ਹਾਂ, ਤੁਹਾਡੇ ਵਰਗੇ ਹਾਂ, ਇੱਦਾਂ ਹੀ ਰਵਾਂਗੇ। CYSS ਵਾਲੇ ਮੁੰਡੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਯੂਥ ਹੈ, ਇਹਨਾਂ ਨੂੰ ਉਮੀਦ ਹੈ, ਇਹ ਯੂਥ ਨੂੰ ਉਮੀਦ ਹੈ ਕਿ ਇੱਥੇ ਕੁਛ ਕਹੂਗਾ ਤੇ ਇੱਥੇ ਹੀ ਕਰਨਾ। ਆਪਾਂ ਬਾਹਰਲੇ ਮੁਲਕਾਂ 'ਚ ਨਹੀਂ ਜਾਣਾ, ਆਪਾਂ ਇੱਥੇ ਆਪਦਾ ਘਰ ਹੀ ਠੀਕ ਕਰਾਂਗੇ। ਗੁਰੂਆਂ ਪੀਰਾਂ ਦੀ ਧਰਤੀ ਹੈ, ਸ਼ਹੀਦਾਂ ਦੀ ਧਰਤੀ ਹੈ, ਹੈ ਇਹ ਸਾਡੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ, ਅਸੀਂ ਇਹਨੂੰ ਛੱਡ ਕੇ ਨਹੀਂ ਜਾਣਾ, ਇੱਥੇ ਧਰਤੀ ਨੂੰ ਇਸੇ ਨੂੰ ਠੀਕ ਕਰਾਂਗੇ। ਪਰ ਉਹ ਮੈਂ ਇਕੱਲਾ ਨਹੀਂ ਕਰ ਸਕਦਾ, ਉਹਦੇ ਵਾਸਤੇ ਤੁਹਾਨੂੰ ਮੇਰਾ ਜਿਵੇਂ ਤੁਸੀਂ ਸਾਥ ਦੇ ਰਹੇ ਹੋ ਉਸ ਤਰ੍ਹਾਂ ਸਾਥ ਜਾਰੀ ਰੱਖਣਾ ਪੈਣਾ। ਆਹ 13-0 ਕਰ ਦਿਓ, ਉਹ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਤੇ ਮੇਰੀ ਸ਼ੁਰੂ। ਉਹ ਤੋਂ ਬਾਅਦ ਜਿਹੜੇ ਥੋੜਾ ਬਹੁਤ ਸਹਿਕ ਦੇ ਜੇ ਨੇ ਇਹਨਾਂ ਨੂੰ ਦੱਸ ਦੋ ਜਿਹੜੇ ਜ਼ਹਿਰ ਜੀ ਕੋਲ ਜਿਹੜੇ ਨੇ। ਕਿਸਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਹੈ ਕਿ ਬਿਜਲੀ ਆਉਂਦੀ ਹੈ, ਪਰ ਇਸ ਗੱਲ ਦਾ ਵੀ ਨਜ਼ਾਰਾ ਕਿ ਕਣਕ ਪੱਕ ਗਈ ਪੂਰੀ ਕਣਕ, ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਅਸੀਂ, ਘਰੇ ਪਰਿਵਾਰ ਨਾਲ ਆਪਣਾ ਟਾਈਮ ਤੇ ਸੌਂ ਗਏ। ਖਰੀਦ ਲਿਆ, ਹੁਣ ਇੰਡਸਟਰੀ ਨੂੰ ਵੀ ਬਿਜਲੀ ਸਸਤੀ ਦੇਵਾਂਗੇ, ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ। ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿਲਸਿਲਾ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ, ਉਹ ਤੁਹਾਡੇ ਘਰਾਂ ਚ ਪਹੁੰਚਣ ਲੱਗ ਗਿਆ, ਉਹ ਤੁਹਾਡੇ ਘਰ ਪਹੁੰਚ ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਤੀ ਕਿ ਕਿੰਨੇ ਵਜੇ ਤੁਹਾਡੇ ਤੋਂ ਕੋਈ ਸਰਟੀਫਿਕੇਟ ਬਣਾਉਣਾ, ਤੁਸੀਂ ਕਾਗਜ਼ ਪੱਤਰ ਆਊਗਾ। ਹਾਂਜੀ, ਉਹ ਨੀ ਕੋਈ ਏਦਾਂ ਦਾ ਕੰਮ ਨੀ ਹੋਊਗਾ, ਕੋਈ ਏਦਾਂ ਦੀ ਫਾਈਲ ਮੈਂ ਸਾਈਨ ਨੀ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ। ਹਾਂ, ਇਹੋ ਜਿਹੀ ਫਾਈਲ ਮੈਂ ਕੋਈ ਛੱਡਦਾ ਨੀ ਜਿਹਦੇ ਨਾਲ ਲੀਡਰਾਂ ਦੀ ਜੇਬ ਚੋਂ ਜਿਹੜਾ ਥੋੜਾ ਲੁੱਟਿਆ ਹੋਇਆ ਪੈਸਾ ਨਿਕਲਦਾ ਹੋਵੇ। ਸੋ ਕੱਸੀਆਂ ਦਾ ਪਾਣੀ, ਉਹ ਪੁਰਾਣੀਆਂ 25-25 ਸਾਲ 30-30 ਸਾਲ ਜਿਹੜੀਆਂ ਪੁਰਾਣੀਆਂ ਕੱਸੀਆਂ ਸੂਏ ਰਜਵਾਹੇ ਬੰਦ ਹੋ ਗਏ ਸੀ, ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ। ਅੱਜ ਟਿਊਬਵੈਲ ਜਿਹੜੇ ਨੇ ਉਹ ਘੱਟ ਚੱਲਦੇ ਨੇ, ਨਹਿਰ ਦੇ ਪਾਣੀ ਨਾਲ ਜਿਹੜਾ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ, ਹਰ ਰੋਜ਼
12 ਤੋਂ 13 ਕਿਲੋਮੀਟਰ ਪਾਈਪਾਂ ਪੈ ਰਹੀਆਂ ਨੇ। ਹਰ ਰੋਜ਼ ਐਵਰੇਜ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾਇਮ ਕਰ ਦੇਣਾ ਪੰਜਾਬ ਚ, ਜੋ ਟਿਊਬਵੈਲ ਖੜ ਗਏ 14.5 ਲੱਖ ਟਿਊਬਵੈਲ ਹੈ ਪੰਜਾਬ ਚ, ਤਾਂ ਥੱਲੋਂ ਧਰਤੀ ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਮਾਤਮਾ, ਉਹਦੇ ਤੇ ਵੀ ਥੋੜਾ ਜਿਹਾ ਪਹਿਰਾ ਦੇਵਾਂਗੇ ਤੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਉਪਜਾਊ ਸ਼ਕਤੀ ਵਾਲਾ ਪਾਣੀ ਹੈ, ਉਹ ਚ ਮਿਨਰਲ ਤਾਂ ਆਉਂਦੇ ਨੇ ਹਨਾ। ਸੋ ਇਸ ਕਰਕੇ ਮੈਂ ਤੁਹਾਡੇ ਨਾਲ ਹਾਂ। ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲ ਹੀ ਜਾਓ, ਪਰ ਹਾਂ ਜਿਨ੍ਹਾਂ ਨੇ ਖਾਧਾ ਉਹਨਾਂ ਦਾ ਮੈਂ ਇੱਕ ਪੈਸਾ ਵੀ ਨਹੀਂ ਛੱਡਦਾ, ਔਰ ਜਨਤਾ ਦਾ ਖਾਧਾ ਹੋਇਆ ਪੈਸਾ ਵਾਪਸ ਲਿਆ ਕੇ, ਜਨਤਾ ਦਾ ਖਾਧਾ ਹੋਇਆ ਪੈਸਾ ਵਾਪਸ ਲਿਆ ਕੇ, ਜਨਤਾ ਦਾ ਖਾਧਾ ਹੋਇਆ ਪੈਸਾ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ। ਆਮ ਆਦਮੀ ਕਲੀਨਿਕ ਖੋਲਾਂਗੇ, ਸਕੂਲ ਸ਼ਾਨਦਾਰ ਹੋ ਗਏ, ਹਸਪਤਾਲ ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨੀ ਮਿਲਦੀਆਂ ਅੰਦਰੋਂ ਹੀ ਮਿਲਣਗੀਆਂ, ਜੇ ਕੋਈ ਦਵਾਈ ਹੈ ਨੀ ਡਾਕਟਰ ਬਾਹਰੋਂ ਲੈ ਕੇ ਆਊਗਾ, ਮਰੀਜ਼ ਨੀ ਜਾਊਗਾ ਬਾਹਰ। ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਨੇ, ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਿਆ, ਅਰਵਿੰਦ ਕੇਜਰੀਵਾਲ ਨੂੰ ਗ੍ਰਿਫ਼ਤਾਰ ਕਰ ਲਓਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫ਼ਤਾਰ ਕਰੋਗੇ? ਉਹਨਾਂ ਦੇ ਨਾਲ ਖੜਾਂਗੇ ਚਟਾਨ ਵਾਂਗੂ। ਇਹ ਮੌਕਾ ਇਹ ਟਾਈਮ ਹੈ ਜੀ, ਸੰਕਟ ਦਾ ਸਮਾਂ ਵਫ਼ਾਦਾਰੀਆਂ ਪਰਖ ਦਿੰਦਾ। ਤੁਸੀਂ ਇੰਨੀ ਭਾਰੀ ਗਿਣਤੀ ਚ ਨਾਲ ਖੜੇ ਹੋ, ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ 2024 ਦੀ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਦੇ ਵਿੱਚ ਪਹਿਲਾ ਭਾਸ਼ਣ ਇੱਥੋਂ ਸ਼ੁਰੂ ਕੀਤਾ ਹੈ ਚੰਕੌਰ ਸਾਹਿਬ ਦੀ ਤਰਫੋਂ। ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ, ਤਾਂ ਉਹੀ ਤੁਸੀਂ ਮੈਨੂੰ ਹੱਸ ਕੇ ਬਕਾਇਦਾ ਪ੍ਰੋਗਰਾਮ ਬਣਾਵਾਂਗੇ, ਕੋਈ ਨੀ ਧੱਕਾ ਕਰ ਸਕਦੇ। ਉਹਨਾਂ ਦਿਨਾਂ ਚ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ, ਆਪਣਾ ਕੋਈ ਸਮੱਸਿਆਵਾਂ ਸੁਝਾਅ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ, ਮੈਨੂੰ ਫੜਾ ਦਿਓ, ਤੇ ਕਿਉਂਕਿ ਜਦੋਂ 13 ਦੀਆਂ 13 ਆ ਗਈਆਂ ਨਾ, ਉਹਦੇ ਨਾਲ ਸ਼ਕਤੀ ਇੰਨੀ ਵਧੂਗੀ ਕਿ ਸੈਂਟਰ ਦੀ ਮਜਾਲ ਨੀ ਹੈਗੀ ਕਿ ਇੱਕ ਪੈਸਾ ਵੀ ਪੰਜਾਬ ਦੇ ਵਿੱਚ।